ਹੈਲੋ ਸੈਕਿੰਡ ਕਲਾਸ, ਅਸੀਂ ਪਹਿਲਾਂ ਪੜ੍ਹਿਆ ਸੀ ਪਾਠ ਠੰਡੀ ਛਾਂ। ਓਕੇ, ਹੁਣ ਅਸੀਂ ਕਰਾਂਗੇ ਇਹਨਾਂ ਦੇ ਔਖੇ ਸ਼ਬਦਾਂ ਦੇ ਅਰਥ। ਓਕੇ, ਓਪਨ ਯੂਅਰ ਬੁੱਕ, ਸੋਰੀ ਨੋਟਬੁੱਕ, ਰਾਈਟ ਦਾ ਡੇਟ 9/9/2020। ਜਿੰਦਾ, ਜਿਵੇਂ, ਜਿਸ ਤਰ੍ਹਾਂ। ਰੁੱਖ, ਦਰਖਤ। ਰੱਬ, ਪਰਮਾਤਮਾ। ਨਾ, ਨਾਮ। ਪੈਰੀ, ਪੈਰਾਂ ਨੂੰ। ਦੁਆਵਾਂ, ਅਸੀਸਾਂ। ਖੁਸ਼, ਪ੍ਰਸੰਨ। ਲਟਕਾਵਾ, ਟੰਗਾਂ। ਵਰਦੀ, ਯੂਨੀਫਾਰਮ। ਲਾ ਕੇ, ਉਤਾਰ ਕੇ। ਹੁਣ ਅਸੀਂ ਕਰਾਂਗੇ ਇਹਨਾਂ ਦੇ ਪ੍ਰਸ਼ਨਾਂ ਦੇ ਉੱਤਰ। ਨੰਬਰ 1, ਮਾਂ ਕਿਸ ਦੇ ਸਮਾਨ ਠੰਡੀ ਛਾਂ ਪ੍ਰਦਾਨ ਕਰਦੀ ਹੈ? ਉੱਤਰ, ਮਾਂ ਜਿੰਦਾ ਰੁੱਖ ਦੇ ਸਮਾਨ ਠੰਡੀ ਛਾਂ ਪ੍ਰਦਾਨ ਕਰਦੀ ਹੈ। ਨੰਬਰ 2, ਬੱਚੇ ਸਕੂਲ ਜਾਣ ਤੋਂ ਪਹਿਲਾਂ ਕੀ ਕਰਦੇ ਹਨ? ਉੱਤਰ, ਬੱਚੇ ਸਕੂਲ ਜਾਣ ਤੋਂ ਪਹਿਲਾਂ ਮਾਂ ਦੇ ਪੈਰੀ ਹੱਥ ਲਾਉਂਦੇ ਹਨ। ਨੰਬਰ 3, ਸਕੂਲ ਤੋਂ ਆ ਕੇ ਬੱਚਾ ਕੀ ਖਾਂਦਾ ਹੈ? ਉੱਤਰ, ਸਕੂਲ ਤੋਂ ਆ ਕੇ ਬੱਚਾ ਆਪਣੀ ਮਾਂ ਦੇ ਹੱਥ ਦੀ ਛੁਰੀ ਖਾਂਦਾ ਹੈ। ਨੰਬਰ 4, ਬੱਚੇ ਦੇ ਹੱਸਣ 'ਤੇ ਮਾਂ ਕੀ ਕਰਦੀ ਹੈ? ਉੱਤਰ, ਬੱਚੇ ਦੇ ਹੱਸਣ 'ਤੇ ਮਾਂ ਵੀ ਹੱਸਦੀ ਹੈ। ਓਕੇ, ਇਹ ਤੁਸੀਂ ਆਪਣੀ ਨੋਟਬੁੱਕ 'ਤੇ ਕਰਨਾ। ਓਕੇ, ਥੈਂਕ ਯੂ।